ਸਤਿ ਸ਼੍ਰੀ ਅਕਾਲ। PB32 ਨਵਾਂ ਸ਼ਹਿਰ ਦੇਖ ਰਹੇ ਹੋ ਸਾਥੀਓ। ਇੱਕ ਅਜਿਹੀ ਖਬਰ ਸਾਹਮਣੇ ਆ ਰਹੀ ਹੈ ਜਿਸ ਨੇ ਸੱਚੀਓ ਅੰਦਰੋਂ ਅੰਦਰੀ ਝੰਝੋੜ ਕੇ ਰੱਖ ਦਿੱਤਾ ਅਤੇ ਅਜਿਹੀ ਖਬਰ ਆਪਾਂ ਪਹਿਲਾਂ ਕਦੇ ਨਹੀਂ ਸੁਣੀ ਹੋਵੇਗੀ। ਦੱਸ ਦਈਏ ਖਬਰ ਹੁਸ਼ਿਆਰਪੁਰ ਦੇ ਨਜ਼ਦੀਕ ਪਿੰਡ ਡਾਂਡਾ ਤੋਂ ਹੈ, ਜਿੱਥੇ ਕਿ ਪਿੰਡ 'ਚ ਹੀ ਬਣੇ ਇੱਕ ਸਰਕਾਰੀ ਸਕੂਲ 'ਚ ਬੀਤੇ ਕੱਲ੍ਹ 5 ਸਾਲ ਦੀ ਬੱਚੀ ਦੇ ਡੂਮਣਾ ਲੜ ਜਾਣ ਕਰਕੇ ਉਸਦੀ ਮੌਤ ਹੋ ਜਾਣ ਦੀ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ। ਮ੍ਰਿਤਕ ਬੱਚੀ ਦੀ ਪਹਿਚਾਣ ਨੇਹਾ ਪੁੱਤਰੀ ਸੋਨੂ ਵਜੋਂ ਹੋਈ ਹੈ, ਜੋ ਕਿ ਪਿੰਡ ਦੇ ਹੀ ਸਰਕਾਰੀ ਸਕੂਲ 'ਚ ਪੜ੍ਹਨ ਲਈ ਜਾਂਦੀ ਸੀ। ਘਟਨਾ ਤੋਂ ਬਾਅਦ ਪਰਿਵਾਰ ਵੱਲੋਂ ਲੜਕੀ ਨੂੰ ਸਿਵਲ ਹਸਪਤਾਲ 'ਚ ਇਲਾਜ ਲਈ ਭਰਤੀ ਕਰਵਾਇਆ ਗਿਆ ਸੀ, ਪਰੰਤੂ ਅੱਜ ਬੱਚੀ ਦੀ ਮੌਤ ਹੋ ਗਈ ਹੈ। ਘਟਨਾ ਤੋਂ ਬਾਅਦ ਥਾਣਾ ਸਦਰ ਦੇ ਪੁਲਿਸ ਅਧਿਕਾਰੀ ਵੀ ਮੌਕੇ 'ਤੇ ਪਹੁੰਚੇ ਅਤੇ ਪਰਿਵਾਰ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਜਿਹੜਾ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਜਾਣਕਾਰੀ ਦਿੰਦਿਆਂ ਮ੍ਰਿਤਕ ਬੱਚੀ ਨੇਹਾ ਦੀ ਨਾਨੀ ਨੇ ਦੱਸਿਆ ਕਿ ਹਰ ਰੋਜ਼ ਦੀ ਤਰ੍ਹਾਂ ਬੀਤੇ ਕੱਲ੍ਹ ਵੀ ਉਹਨਾਂ ਦੀ ਦੋਹਤੀ ਸਕੂਲ ਗਈ ਸੀ ਅਤੇ ਇਸ ਦੌਰਾਨ ਮਿਡ ਡੇ ਮੀਲ ਦਾ ਖਾਣਾ ਖਾਣ ਤੋਂ ਬਾਅਦ ਜਦੋਂ ਬੱਚੀ ਭਾਂਡੇ ਰੱਖਣ ਲਈ ਗਈ ਤਾਂ ਉਸਦੇ ਡੂਮਣਾ ਲੜ ਗਿਆ ਅਤੇ ਬਾਵਜੂਦ ਇਸਦੇ ਸਕੂਲ ਦੇ ਪ੍ਰਬੰਧਕਾਂ ਵੱਲੋਂ ਪਰਿਵਾਰ ਨੂੰ ਇਸਦੀ ਜਾਣਕਾਰੀ ਨਹੀਂ ਦਿੱਤੀ ਗਈ ਅਤੇ ਜਦੋਂ ਛੁੱਟੀ ਹੋਣ ਤੋਂ ਬਾਅਦ ਬੱਚੀ ਨੂੰ ਉਹ ਸਕੂਲ ਲੈਣ ਗਏ ਤਾਂ ਉਸ ਵਕਤ ਬੱਚੀ ਦੀ ਹਾਲਤ ਬਾਰੇ ਜਿਹੜਾ ਪਤਾ ਲੱਗਿਆ। ਉਹਨਾਂ ਦੱਸਿਆ ਕਿ ਕੱਲ੍ਹ ਉਹਨਾਂ ਵੱਲੋਂ ਪਿੰਡ ਦੇ ਡਾਕਟਰ ਨੂੰ ਹੀ ਬੱਚੀ ਦੀ ਜਾਂਚ ਕਰਵਾਈ ਗਈ ਸੀ, ਪਰੰਤੂ ਫਰਕ ਨਾ ਪੈਣ 'ਤੇ ਉਹ ਬੱਚੀ ਨੂੰ ਸਿਵਲ ਹਸਪਤਾਲ ਲੈ ਆਏ, ਜਿੱਥੇ ਅੱਜ ਉਸ ਬੱਚੀ ਦੀ ਮੌਤ ਹੋ ਗਈ। ਉਹਨਾਂ ਸਕੂਲ ਦੇ ਪ੍ਰਬੰਧਕਾਂ 'ਤੇ ਦੋਸ਼ ਲਾਏ ਕਿ ਸਭ ਕੁਝ ਉਹਨਾਂ ਦੀ ਨਲੈਕੀ ਕਰਕੇ ਹੋਇਆ। ਪੀੜਤ ਪਰਿਵਾਰ ਨੇ ਪੁਲਿਸ ਤੋਂ ਇਨਸਾਫ਼ ਦੀ ਮੰਗ ਕਰਦਿਆਂ ਹੋਇਆ ਸਕੂਲ ਵਿਰੁੱਧ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਦੂਜੇ ਪਾਸੇ ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਕਿ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਪਰਿਵਾਰ ਵੱਲੋਂ ਦਿੱਤੇ ਗਏ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਪਰ ਸਾਥੀਓ, ਸਵਾਲ ਇੱਥੇ ਇਹ ਖੜਦਾ ਹੈ ਕਿ ਜਦ ਬੱਚੇ ਦੇ ਡੂਮਣਾ ਲੜਿਆ ਸੀਗਾ ਉਸੇ ਵੇਲੇ ਹੀ ਬੱਚੇ ਨੂੰ ਹਸਪਤਾਲ ਕਿਉਂ ਨਹੀਂ ਸਕੂਲ ਪ੍ਰਬੰਧਕਾਂ ਵੱਲੋਂ ਲਿਜਾਇਆ ਗਿਆ? ਕਿਉਂਕਿ ਜੇ ਉਹ ਨਲੈਕੀ ਨਾ ਕਰਦੇ, ਅਣਗਹਿਲੀ ਨਾ ਕਰਦੇ ਅਤੇ ਬੱਚੇ ਦਾ ਸਮੇਂ ਸਿਰ ਇਲਾਜ ਹੋ ਜਾਂਦਾ ਤਾਂ ਸਿਚੁਏਸ਼ਨ ਕੁਝ ਹੋਰ ਹੋਣੀ ਸੀਗੀ। ਲੇਕਿਨ ਹੁਣ ਅਣਗਹਿਲੀ ਕਰਕੇ, ਲਾਪਰਵਾਹੀ ਕਰਕੇ, ਲੇਟ ਲਤੀਫੀ ਕਰਕੇ ਜਿਹੜਾ ਬੱਚਾ ਆ ਉਹ ਆਪਣੀ ਜਾਨ ਗਵਾ ਗਿਆ, ਔਰ ਪਰਿਵਾਰ ਦੇ ਦਿਲ 'ਤੇ ਸਮੇਂ ਕੀ ਬੀਤਦੀ ਹੋਵੇਗੀ, ਅਸੀਂ ਇਸ ਗੱਲ ਨੂੰ ਮਹਿਸੂਸ ਕਰ ਸਕਦੇ ਹਾਂ। ਦਿਖਾਉਂਦੇ ਤੁਹਾਨੂੰ ਮੌਕੇ ਦੀ ਪੂਰੀ ਰਿਪੋਰਟ। ਮੇਰਾ ਨਾਂ ਸੱਤਿਆ, ਕਿੱਥੋਂ ਦੇ ਰਹਿਣ ਵਾਲੇ ਹੋ? ਡਾਡਾ ਪਿੰਡ। ਠੀਕ ਹੈ, ਇਹ ਗੁੜੀਆ ਕਿਹਾ ਲੱਗਦੀ ਤੁਹਾਡੀ? ਮੇਰੀ ਦੋਤੀ ਆ। ਠੀਕ ਹੈ, ਕੀ ਗੱਲਬਾਤ ਹੋਈ ਜੀ ਗੁੜੀਆ ਨਾਲ? ਇਹ ਸਕੂਲੇ ਕੱਲ੍ਹ 8:30 ਵਜੇ ਸਕੂਲੇ ਗਈ ਆ, ਮੰਮੀ ਇਹਦੀ 12:30 ਵਜੇ ਲੈਣ ਗਈ ਆ, ਤਾਂ ਇਹਦੇ ਡੂਮਣੇ ਦੀਆਂ ਮੱਖੀਆਂ ਲੜੀਆਂ, ਇਹਦੇ ਸਿਰ 'ਚ ਜ਼ਿਆਦਾ ਲੜੀਆਂ ਸੀ। ਕੁੜੀ ਕੱਲ੍ਹ ਦੀਆਂ ਉਲਟੀਆਂ ਕਰਦੀ ਸੀ, ਅਸੀਂ ਕੱਲ੍ਹ 2 ਡਾਕਟਰ ਬਦਲੇ, ਸਾਨੂੰ ਨਹੀਂ ਯਕੀਨ ਆਇਆ, ਅਸੀਂ ਸਿਵਲ 'ਚ ਲਾਇਆ ਚੱਕ ਕੇ। ਸਿਵਲ ਵਾਲਿਆਂ ਨੇ ਟੀਕੇ ਲਾਏ ਆ, ਟੀਕੇ ਲਾ ਕੇ ਕਹਿੰਦੇ ਘਰ ਚੱਲ ਜਾਓ, ਜੇ ਲੋੜ ਪਈ ਤਾਂ ਸਵੇਰੇ ਆ ਜਾਇਓ। ਮੈਂ ਕਿਹਾ ਚੱਲ ਕੋਈ ਨਹੀਂ, ਜਿੱਦਾਂ ਕੁੜੀ ਸੁੱਤੀ ਉੱਠੀ ਆ ਨਾਲੇ ਉਲਟੀਆਂ ਆ ਗਈਆਂ, ਨਾਲੇ ਅਸੀਂ ਚੱਕ ਕੇ ਇੱਥੇ ਲਾਏ ਹਾਂ, ਇੰਨੀ ਆਕਸੀਜਨ ਲਾਈ ਆ, ਆਕਸੀਜਨ ਲਾ ਕੇ ਤਾਂ ਇੰਨੀ ਆਪਣਾ ਇਲਾਜ ਸ਼ੁਰੂ ਕਰ ਦਿੱਤਾ। ਮੁੜ ਕੇ ਸਾਨੂੰ ਟੀਚਰਾਂ ਨੇ ਨਹੀਂ ਦੱਸਿਆ ਵੀ ਤੁਹਾਡੇ ਬੱਚੇ ਦੇ ਮੱਖੀਆਂ ਲੜੀਆਂ, ਤੁਸੀਂ ਆਪਣਾ ਬੱਚਾ ਲੈ ਜਾਓ ਆ ਕੇ, ਸਾਨੂੰ ਟੀਚਰਾਂ ਨੇ ਨਹੀਂ ਦੱਸੀਆਂ। ਕਿੱਦਾਂ ਪਤਾ ਲੱਗਿਆ ਸੀ ਤੁਹਾਨੂੰ? ਸਾਨੂੰ 12:30 ਵਜੇ ਮੇਰੀ ਬੇਟੀ ਲੈਣ ਗਈ ਆ, ਲੈਣ ਗਈ ਆ, ਤਾਂ ਅਸੀਂ ਕਿਹਾ ਤੂੰ ਤੇਰੇ ਮੱਖੀਆਂ ਕਿੱਦਾਂ ਲੜੀਆਂ ਜਿਹੜੀ ਬੇਟੀ ਦੀ ਡੈਥ ਹੋਈ ਆ? ਕਹਿੰਦੀ ਮੈਂ ਪਾਣੀ ਪੀਣ ਗਈ ਸੀ, ਟੀਚਰ ਕੰਮ ਉਹ ਕਹਿੰਦੀਆਂ ਥਾਲ ਰੱਖ ਕੇ ਆ ਨਾਲੇ ਪਾਣੀ ਪੀਆ। ਅਸੀਂ ਤਾਂ ਇਹ ਇਨਸਾਫ ਚਾਹੁੰਦੇ ਹਾਂ ਵੀ ਜਾਂ ਬੱਚਿਆਂ ਨੂੰ ਖਾਣਾ ਬਿਠਾ ਕੇ ਖਿਲਾ ਸਕਦੇ ਆ, ਸਰਕਾਰ ਬੱਚਿਆਂ ਨੂੰ ਅੰਦਰ ਬੱਠਿਆਂ ਨੂੰ ਪਾਣੀ ਵੀ ਪਿਲਾ ਸਕਦੇ ਆ, ਜਿਹੜੇ ਇੰਨੇ ਇੰਨੀਆਂ ਬੀਬੀਆਂ ਲਾਈਆਂ ਆ ਕੰਮਾਂ 'ਤੇ ਤਨਖਾਹਾਂ ਲੈਂਦੀਆਂ, ਸਰਕਾਰਾਂ ਨੂੰ ਵਿਹਲੀਆਂ ਰਹਿੰਦੀਆਂ। ਹਾਂਜੀ ਹਾਂਜੀ ਹਾਂਜੀ, ਉਦੋਂ ਲੜੀਆਂ ਮੱਖੀਆਂ ਉਹਦੇ। ਕਿੰਨੀਆਂ ਮੱਖੀਆਂ, ਕਿੱਥੇ ਕਿੱਥੇ ਲੜੀਆਂ? ਸਿਰ 'ਚ ਲੜੀਆਂ, ਇੱਥੇ ਗਲੇ 'ਤੇ ਲੜੀ, ਹੱਥ 'ਤੇ ਲੜੀ ਆ। ਲੜੇ ਗਈਆਂ ਹੋਣਗੀਆਂ, 4-5 ਲੜੀਆਂ ਹੋਗੀਆਂ, ਕੁੜੀ 1 ਘੰਟਾ ਤੜਫੀ ਆ ਸਕੂਲ ਦੇ ਵਿੱਚ। ਸਕੂਲ ਵਾਲਿਆਂ ਨੇ ਸਾਨੂੰ ਕਿਸੇ ਨੇ ਨਹੀਂ ਦੱਸਿਆ, ਨਾ ਸਾਨੂੰ ਕਿਸੇ ਬੱਚੇ ਨੇ ਦੱਸਿਆ,
ਵੀ ਸਕੂਲ ਦੇ ਬੱਚੇ ਨੇ ਤੁਹਾਡੀ ਕੁੜੀ ਦਾ ਮੱਖਿਆ, ਉਹ ਤਾਂ 12:30 ਮੇਰੀ ਬੇਟੀ ਲੈਣ ਗਈ ਤਾਂ ਫਿਰ ਦੱਸਿਆ ਕੁੜੀ ਜਦੋਂ ਸਕੂਲੋਂ ਲੈ ਕੇ ਬਾਹਰ ਨਿਕਲੀ ਆ ਸਾਨੂੰ ਕਿਸੇ ਟੀਚਰ ਨੇ ਨਹੀਂ ਦੱਸਿਆ, ਨਾ ਕਿਸੇ ਸਟਾਫ ਨੇ ਦੱਸਿਆ, ਨਾ ਟੀਚਰਾਂ ਨੇ, ਨਾ ਜਿਹੜੇ ਕੰਮ ਕਰਦੀਆਂ ਖਾਣਾ ਬਣਾਉਂਦੀਆਂ, ਨਾ ਸਾਨੂੰ ਉਹਨੀ ਦੱਸਿਆ ਕਿਹੜਾ ਸਕੂਲ ਦਾ ਨਾਮ ਕੀ ਹੈ ਸਕੂਲ ਦਾ? ਪ੍ਰਾਇਮਰੀ ਸਰਕਾਰੀ ਸਕੂਲ ਹੈ ਜੀ। ਹਾਂਜੀ। ਅਤੇ ਬੱਚੀ ਕਦੋਂ ਤੋਂ ਜਾ ਰਹੀ ਸੀ ਉੱਥੇ? ਬੱਚੀ ਦਾ ਕਿੰਨਾ ਚਾ 5 ਸਾਲ 'ਚ ਜਾਂਦੀ ਪਈ ਆ, ਅਤੇ ਸਾਨੂੰ ਤਾਂ ਇਨਸਾਫ ਚਾਹੀਦਾ, ਸਾਨੂੰ ਤਾਂ ਇਹ ਚਾਹੀਦਾ ਵੀ ਮੇਰੀ ਬੇਟੀ ਦੇ ਵਿੱਚ ਸਾਨੂੰ ਇੰਨੀ ਦੱਸਿਆ ਕਾਹਤੇ ਨਹੀਂ, ਅੱਜ ਸਾਡੇ ਨਾਲ ਹੋਈ ਆ, ਕੱਲ੍ਹ ਪੜ੍ਹਕੇ ਨੂੰ ਕਿਸੇ ਹੋਰ ਨਾਲ ਵੀ ਹੋ ਸਕਦੀ ਆ। ਅਸੀਂ 3-4 ਵਾਰੀ ਫੋਨ ਕਰ ਚੁੱਕੇ ਵੀ ਸਾਡੀ ਬੱਚੀ ਜਾ ਰਹੀ ਸੀ, ਕਹਿੰਦੇ ਨਹੀਂ ਕੋਈ ਜ਼ਹਿਰੀਲੀ ਚੀਜ਼ ਖਾ ਲਿਆਊਗੀ, ਸਾਡੇ ਬੱਚੇ ਇੰਨੇ ਪੱਕੇ ਆ ਬਾਹਰੋਂ ਚੀਜ਼ ਲੈ ਕੇ ਨਹੀਂ ਕਿਸੇ ਤੋਂ ਖਾਂਦੇ, ਨਾ ਸਾਡੇ ਘਰ ਦੇ ਵਿੱਚ ਇੱਦਾਂ ਦੀ ਕੋਈ ਜ਼ਹਿਰੀਲੀ ਚੀਜ਼ ਹੈਗੀ ਆ। ਪਿੰਡ ਦੇ ਡਾਕਟਰ ਸੀ, 2 ਡਾਕਟਰ ਬਦਲੇ, ਅਸੀਂ ਕਿਹਾ ਚੱਲ ਮਾੜੀ ਮੋਟੀਆਂ ਲੜੀਆਂ ਸੋਜ ਉੱਤਰ ਜਾਊਗੀ, 6 ਵਜੇ ਜ਼ਿਆਦਾ ਹੋ ਗਈ, ਅਸੀਂ ਰਾਤੀ ਇੱਥੇ ਲਏ, ਰਾਤੀ ਅਸੀਂ 10 ਵਜੇ ਗਏ ਇੱਥੋਂ, ਸਵੇਰੇ ਉੱਠ ਕੇ ਨਾਲੇ ਉਲਟੀ ਕੀਤੀ, ਨਾਲੇ ਉਲਟੀ ਕੀਤੀ ਅਸੀਂ ਇੱਥੇ ਲੈ ਆਏ, ਐਮਰਜੈਂਸੀ 'ਚ ਗਏ, ਐਮਰਜੈਂਸੀ ਵਾਲਿਆਂ ਨੇ ਸਾਨੂੰ ਇੱਧਰ ਭੇਜਿਆ, ਇਹਨੀ ਦਾਖਲ ਕੀਤੀ, ਗਲੂਕੋਜ਼ ਦੀਆਂ 2 ਬੋਤਲਾਂ ਚਾੜੀਆਂ, ਫਿਰ ਉਹਨੀ ਆਕਸੀਜਨ ਲਾ ਦਿੱਤੀ। ਸਾਨੂੰ ਇਨਸਾਫ ਚਾਹੀਦਾ ਸਕੂਲ ਵਾਲੋਂ, ਜਾਂ ਤਾਂ ਸਟਾਫ ਨਵਾਂ ਰੱਖ ਲੈਣ, ਉਹ ਕੰਮ ਵਾਲੀਆਂ ਠਾ ਦੇਣ, ਜਾਂ ਜਿਹੜੀ ਕੰਮ ਕਰਦੀਆਂ 4 ਜਾਣੀਆਂ ਆ ਜਿਹੜੀਆਂ ਬੱਚਿਆਂ ਦੀ ਕੇਅਰ ਨਹੀਂ ਕਰ ਸਕਦੀਆਂ, ਦੇਖ ਨਹੀਂ ਸਕਦੀਆਂ ਬੱਚਿਆਂ ਨੂੰ, ਤਾਂ ਉਹਨਾਂ 'ਤੇ ਕਾਰਵਾਈ ਕਰਨੀ ਕੀਤੀ ਜਾਵੇ ਸਾਰਿਆਂ ਦੀ, ਜਾਂ ਸਟਾਫ ਬਦਲਣ, ਮੈਂ ਤਾਂ ਇਹ ਚਾਹੁੰਦੀ ਹਾਂ। ਨੇਹਾ। ਅਤੇ ਅਸੀਂ ਤਾਂ ਇਹ ਕਹਿਣਾ ਚਾਹੁੰਦੇ ਹਾਂ ਵੀ ਪ੍ਰਿੰਸੀਪਲ ਦੇ ਉਹਨਾਂ ਨੂੰ ਸਸਪੈਂਡ ਕੀਤਾ ਜਾਵੇ, ਤੋਂ ਡਿਊਟੀ ਤੋਂ ਲਿਥਿਆ ਜਾਵੇ, ਜ਼ਿਆਦਾ ਇਹਨੇ ਬੱਚਿਆਂ ਨੇ ਸਕੂਲਾਂ ਦੇ ਵਿੱਚ ਕੇਅਰ ਨਹੀਂ ਕਰਨੀ, ਸਾਨੂੰ ਇੱਕ ਹਾਂ ਬੱਚੇ ਦੀ ਜਾਨ ਬਚ ਸਕਦੀ ਸੀ, ਅਸੀਂ ਬਚਾ ਸਕਦੇ ਸੀ, ਪੈਸਾ ਲਾ ਦੇਣਾ ਸੀ ਅਸੀਂ, ਪਰ ਸਾਨੂੰ ਸਰਕਾਰ ਨੇ, ਪ੍ਰਿੰਸੀਪਲ ਨੇ ਸਾਡੇ ਨੇ ਨਾ ਧੋਖਾ ਕੀਤਾ, ਕਹਿੰਦੀ 1 ਬੱਚੇ ਦੇ ਨਹੀਂ ਲੜੀਆਂ, ਬਹੁਤ ਬੱਚਿਆਂ ਦੇ ਲੜੀਆਂ, ਕਹਿੰਦੇ ਤੁਹਾਡੇ ਕੋਈ ਗੱਲ ਨਹੀਂ, ਕੋਈ ਜ਼ਹਿਰੀਲੀ ਚੀਜ਼ ਖਾ ਲਊਗੀ, ਸਾਡੇ ਇੰਨੇ ਵੀ ਨਿਆਣੇ ਨਹੀਂ ਹੈਗੇ ਜਿਹੜੀ ਚੀਜ਼ ਖਾ ਲੈਣੇ, ਬਿਨਾਂ ਪੁੱਛੇ ਤੋਂ ਚੀਜ਼ ਨਹੀਂ ਖਾਂਦੇ, ਉਹਦਾ ਦੁਕਾਨੋਂ ਵੀ ਪੈਕਟ ਲਿਆਉਣ ਤਾਂ ਉਹ ਵੀ ਮੰਮਾ ਖੋਲ ਦੇ। ਲੜਕੀ ਦਾ ਸਕੂਲ ਦੇ ਵਿੱਚ ਡੂਮਣਾ ਲੜ ਗਿਆ, ਜਿਹਦੇ ਨਾਲ ਉਹਨਾਂ ਦੇ ਕੱਲ੍ਹ ਦੌਰਾਨੇ ਇਲਾਜ, ਉਹਦੀ ਡੈਥ ਹੋ ਗਈ ਆ, ਸਕੂਲੇ ਪੜ੍ਹਨ ਜਾਂਦੀ ਸੀ ਤਾਂ ਉੱਥੇ ਕਿਤੇ ਡੂਮਣਾ ਲੜ ਗਿਆ, ਅਤੇ ਟੀਚਰਾਂ ਨੇ ਦੱਸਿਆ ਨਹੀਂ ਇਹਨਾਂ ਨੂੰ ਡੂਮਣਾ ਲੜ ਗਿਆ। ਕਿੱਥੋਂ ਦੀ ਹੈ ਲੜਕੀ ਜੀ? ਡਾੜਾ ਪਿੰਡ। ਠੀਕ ਹੈ, ਕਿਹੜੇ ਸਕੂਲ? ਸਰਕਾਰੀ ਸਕੂਲ। ਸਰਕਾਰੀ ਸਕੂਲ ਡਾੜਾ। ਡੂਮਣਾ ਲਾਉਣਾ ਨਾ, ਕਿਉਂ? ਪੋਸਟਮਾਰਟਮ ਹੋਊਗਾ, ਉਸ ਤੋਂ ਬਾਅਦ ਪਤਾ ਲੱਗੂਗਾ ਕੀ ਗੱਲ। ਪਰਿਵਾਰ ਕਹਿੰਦਾ ਕਿ ਰੋਟੀ ਖਾਣ ਤੋਂ ਬਾਅਦ ਭਾਂਡੇ ਧੋਏ ਜਾ ਰਹੇ ਸੀ ਸਕੂਲ ਵੱਲੋਂ, ਲੜਕੀ ਤੋਂ ਜਦੋਂ ਭਾਂਡੇ ਧੋਣ ਗਈ ਆ ਕਿ ਤਾਂ ਇਹ ਹਾਦਸਾ ਵਾਪਰਿਆ? ਮੈਂ ਦੱਸਦੇ ਵੀ ਉੱਥੇ ਡੂਮਣਾ ਨੇੜੇ ਲੱਗਿਆ, ਹੋਰ ਬੱਚਿਆਂ ਦਾ ਵੀ ਲੜਿਆ, ਇਹਨਾਂ ਦੇ ਕਹਿਣ ਦੇ ਮੁਤਾਬਕ ਇਹੀ ਕਹਿ ਰਿਹਾ ਵੀ ਹੋਰ ਬੱਚਿਆਂ ਦਾ ਵੀ ਲੜਿਆ, ਤਾਂ ਇਹਨਾਂ ਦਾ ਵੀ ਲੜਿਆ। ਅਜੇ ਦੇਖਦੇ ਹਾਂ ਪੋਸਟਮਾਰਟਮ ਤੋਂ ਬਾਅਦ ਫਿਰ ਕਰਦੇ। ਕਿੰਨੀ ਉਮਰ ਸੀ ਬੱਚੀ ਦੀ? 5 ਸਾਲ। ਕੀ ਨਾਮ ਹੈ? ਨੇਹਾ।